ਵਿਦੇਸ਼ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। 8 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਸਟੱਡੀ ਵੀਜ਼ੇ ਦੇ ਉੱਤੇ ਇੰਗਲੈਂਡ ਗਿਆ ਸੀ ਅਤੇ ਹੁਣ ਇਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਕਿ ਅਚਾਨਕ ਹੀ ਇਸ ਦੀ ਤਬੀਅਤ ਖਰਾਬ ਹੁੰਦੀ ਹੈ ਅਤੇ ਜਦੋਂ ਹਸਪਤਾਲ ਦੇ ਵਿੱਚ ਇਸ ਨੂੰ ਦਾਖਲ ਕਰਵਾਇਆ ਜਾਂਦਾ ਤਾਂ ਉੱਥੇ ਨਿਮੋਨੀਆ ਦੱਸਿਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਕੁਝ ਹੀ ਦੇਰ ਬਾਅਦ ਹਸਪਤਾਲ ਦੇ ਵਿੱਚ ਇਸ ਨੌਜਵਾਨ ਨੇ ਦਮ ਤੋੜ ਦਿੱਤਾ। ਤਾਂ ਇੰਗਲੈਂਡ ਦੇ ਵਿੱਚ ਇਹ ਨੌਜਵਾਨ ਸਟੱਡੀ ਵੀਜ਼ੇ ਦੇ ਉੱਤੇ ਗਿਆ ਸੀ। ਪਰਿਵਾਰ ਨੇ 25 ਲੱਖ ਰੁਪਏ 2.5 ਕਿੱਲੇ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਚੁੱਕਿਆ ਸੀ ਅਤੇ 8 ਮਹੀਨੇ ਹਲੇ ਇਸ ਨੌਜਵਾਨ ਨੂੰ ਗਏ ਵਿਦੇਸ਼ ਹੋਈ ਸੀ, ਪਰ ਹੁਣ ਇਸ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਖਰੀ ਸਮੇਂ ਰਾਤ ਨੂੰ ਗੱਲ ਹੋਈ ਸੀ ਤਾਂ ਉਸ ਸਮੇਂ ਉਸਨੇ ਕਿਹਾ ਸੀ ਕਿ ਉਹ ਸਵੇਰੇ ਉੱਠ ਕੇ ਗੱਲ ਕਰੇਗਾ, ਉਸਦੀ ਤਬੀਅਤ ਜੋ ਹੈ ਥੋੜ੍ਹੀ ਖਰਾਬ ਹੈ। ਪਰ ਅਚਾਨਕ ਹੀ ਜਦੋਂ ਉਸਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਸਦੇ ਜੋ ਨਾਲ ਦੇ ਕਮਰੇ ਵਾਲੇ ਹੁੰਦੇ ਨੇ ਉਹਨਾਂ ਦੇ ਵੱਲੋਂ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਪਰ ਉੱਥੇ ਜਾ ਕੇ ਕਿਹਾ ਜਾ ਰਿਹਾ ਕਿ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ 22 ਸਾਲ ਦੀ ਇਸਦੀ ਉਮਰ ਹੈ, ਅੰਮ੍ਰਿਤਪਾਲ ਸਿੰਘ ਇਸਦਾ ਨਾਮ ਹੈ ਅਤੇ ਅੰਮ੍ਰਿਤਸਰ ਦੇ ਅਜਨਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ, ਜੋ ਕਿ ਚੰਗੇ ਭਵਿੱਖ ਦੇ ਲਈ ਇੰਗਲੈਂਡ ਦੇ ਵਿੱਚ ਗਿਆ ਸੀ ਸਟੱਡੀ ਵੀਜ਼ੇ ਦੇ ਉੱਤੇ। ਪਰਿਵਾਰ ਨੇ 25 ਲੱਖ ਰੁਪਏ ਕਰਜ਼ਾ ਚੁੱਕਿਆ ਸੀ। ਹਾਲਾਂਕਿ ਉਸਦਾ ਕਹਿਣਾ ਸੀ ਆਪਣੀ ਮਾਂ ਨੂੰ ਕਿ ਮਾਂ ਜਦੋਂ ਉਹ ਵਾਪਸ ਆਵੇਗਾ ਤਾਂ ਉਦੋਂ ਸਾਰੇ ਹੀ ਦੁੱਖ ਦੂਰ ਹੋ ਜਾਣਗੇ, ਘਰ ਦੀ ਗਰੀਬੀ ਜੋ ਹੈ ਦੂਰ ਹੋ ਜਾਵੇਗੀ। ਤਾਂ ਇਹ ਸੁਪਨੇ ਸਜਾ ਕੇ ਇੱਥੋਂ ਦੀ ਇਹ ਨੌਜਵਾਨ ਬੜੇ ਚਾਵਾਂ ਦੇ ਨਾਲ ਗਿਆ ਸੀ ਅਤੇ ਮਾਂ ਨੂੰ ਆਪਣੀ ਫੋਨ ਕਰਕੇ ਇਹੀ ਕਹਿੰਦਾ ਸੀ ਕਿ ਇੱਕ ਦਿਨ ਪਰਿਵਾਰ ਦੀ ਗਰੀਬੀ ਉਹ ਜ਼ਰੂਰ ਦੂਰ ਕਰੇਗਾ। ਪਰ ਹੁਣ ਇਹ ਨੌਜਵਾਨ ਜੋ ਹੈ ਰੱਬ ਨੂੰ ਪਿਆਰਾ ਹੋਇਆ। ਦੱਸ ਦਈਏ ਕਿ ਨਿਮੋਨੀਆ ਦੇ ਕਾਰਨ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਇਸ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਜੋ ਹੈ ਉਹਨਾਂ ਦੇ ਪਿੰਡ ਲੈ ਕੇ ਆਵੇ ਤਾਂ ਜੋ ਉਸਦਾ ਅੰਤਿਮ ਸੰਸਕਾਰ ਜੋ ਰਸਮ ਹੈ ਉਸਦੇ ਨਾਲ ਕੀਤਾ ਜਾ ਸਕੇ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਿਦੇਸ਼ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। 8 ਮਹੀਨੇ ਪਹਿਲਾਂ ਹੀ 25 ਲੱਖ ਰੁਪਏ ਕਰਜ਼ਾ ਚੁੱਕ ਕੇ ਇਸ ਨੌਜਵਾਨ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਅਤੇ ਹੁਣ ਇਸ ਦੀ ਮੌਤ ਦੀ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਮਗੀਨ ਹੋ ਗਿਆ। ਮੇਰਾ ਨਾਮ ਗਰੀਸ਼ ਸਿੰਘ ਜੀ ਅਤੇ ਬੱਚੇ ਦਾ ਨਾਮ ਅੰਮ੍ਰਿਤਪਾਲ ਸਿੰਘ ਜੀ ਅਤੇ ਅਸੀਂ ਸਟੱਡੀ ਭੇਜਦੇ ਨੂੰ ਇੰਗਲੈਂਡ ਭੇਜਿਆ ਸੀ ਅਤੇ ਉਹ ਮਤਲਬ 8 ਮਹੀਨੇ ਇਹਨੂੰ ਅਜੇ ਗਏ ਨੂੰ ਹੋਏ ਸੀ ਅਤੇ ਉਹਨੂੰ ਥੋੜ੍ਹੀ ਜਿਹੀ ਉੱਥੇ ਮਾੜੀ ਜਿਹੀ ਪ੍ਰੋਬਲਮ ਹੋਈ ਆ, ਉਹਦੇ ਤੋਂ ਉਹਦੀ ਮੁੜ ਕੇ ਉਹਦੀ ਡੈਥ ਹੋ ਗਈ ਆ ਅਤੇ ਅਸੀਂ ਤਾਂ ਬੜਾ ਔਖੇ ਹੋ ਗਏ। ਬੱਚੇ ਨੂੰ ਭੇਜਿਆ, ਸਾਰੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ, ਕੋਈ 25 ਲੱਖ ਰੁਪਈਆ ਲਾਇਆ ਸੀ ਅਤੇ ਸਾਡੀ ਤਾਂ ਕੋਈ ਅਜੇ ਮਿਹਨਤ ਵੀ ਨਹੀਂ ਮੁੜੀ। ਅਤੇ ਅਸੀਂ ਤਾਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਵੀ ਸਰਕਾਰ ਜਿਸ ਤਰ੍ਹਾਂ ਵੀ ਹੋ ਸਕਦਾ ਸਾਡੇ ਬੱਚੇ ਦੀ ਉਹਦੀ ਮੰਗਾਵੇ, ਅਸੀਂ ਸਾਰੀਆਂ ਰਸਮਾਂ ਇੱਥੇ ਕਰਨੀਆਂ ਚਾਹੁੰਦੇ ਹਾਂ, ਹੋਰ ਤੋਂ ਅਸੀਂ ਕੁਝ ਕਰ ਨਹੀਂ ਸਕਦੇ। ਅਤੇ ਬਾਕੀ ਜੋ ਜੇ ਕੋਈ ਉੱਧਰ ਦੀ ਸਰਕਾਰ ਸਾਡੀ ਮਦਦ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ, ਕਿਉਂਕਿ ਅਸੀਂ ਤਾਂ ਅੱਗੇ ਹੀ ਬੜੇ ਪਰੇਸ਼ਾਨ ਸਾਂ, ਅਸੀਂ ਹੋਰ ਪਰੇਸ਼ਾਨ, ਅਸੀਂ ਸੁੱਖ ਲਈ ਕੀਤਾ, ਅਸੀਂ ਦੁਖੀ ਹੋ ਗਏ। ਕੀ ਗੱਲ ਹੋਈ ਆਖਰੀ ਜਦੋਂ ਗੱਲ ਹੋਈ ਤੁਹਾਡੀ ਉਹਨਾਂ ਨਾਲ? ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ, ਉਹਨੂੰ ਇਹਨੂੰ ਕੁਛ ਨਹੀਂ ਪਤਾ ਲੱਗਾ ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਐਤਵਾਰ ਹੋਈ ਹੈ 4 ਵਜੇ ਅਤੇ ਆਉਂਦਾ ਸੀ ਮੈਂ ਡੈਡੀ ਫੁਲਕਾ ਸ਼ਕਾ ਲੱਗਾ, ਮੈਂ ਬਿਲਕੁਲ ਠੀਕ ਠਾਕ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ। ਅਤੇ ਜਦੋਂ 9 ਵਜੇ ਆ ਅਤੇ ਉਹਨੇ ਮੈਸੇਜ ਕੀਤਾ ਮੈਂ ਕੱਲ੍ਹ ਨੂੰ ਗੱਲ ਕਰੂੰਗਾ। ਅਤੇ ਅਸੀਂ ਫੋਨ ਲਾਉਣ ਲੱਗੇ ਹਾਂ ਅਤੇ ਉਹਨੇ ਜਦੋਂ ਸਾਡੀ ਗੁੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ, ਉਹਨੇ ਫੋਨ ਕੀਤਾ ਵੀ ਉਹ ਆ ਜੀ, ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅੰਮ੍ਰਿਤਪਾਲ ਜਿਹੜਾ ਨੇ ਉਹ ਥੋੜ੍ਹਾ ਢਿੱਲਾ ਹੋ ਗਿਆ ਹੈ। ਅਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ, ਉਹ ਉਸੇ ਵੇਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ, ਉੱਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ, ਮੈਨੂੰ ਆ ਗਿਆ ਵਾ, ਮੈਨੂੰ ਕਹਿੰਦਾ ਭਾਅ ਜੀ ਅੰਮ੍ਰਿਤਪਾਲ ਥੋੜ੍ਹਾ ਢਿੱਲਾ ਆ, ਅਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ, ਮਾਮੂਲੀ ਢਿੱਲਾ, ਬਾਕੀ ਐਡੀ ਵਾਰੀ ਜ਼ਿਆਦਾ ਗੱਲ ਨਹੀਂ ਗੀ।
ਅਤੇ ਮੈਂ ਹੁਣੇ ਇਹਨੂੰ ਹੋਸਪਿਟਲ ਖੜ੍ਹ ਕੇ ਚੈੱਕਅਪ ਕਰਵਾ ਕੇ ਦਵਾਈ ਲਿਆਉਂਦਾ ਹਾਂ। ਅਤੇ ਮੈਂ ਕੋਈ ਗੱਲ ਨਹੀਂ ਭਾਅ ਜੀ ਤੁਸੀਂ ਲਿਆਓ, ਅਤੇ ਬੱਚੇ ਦਾ ਵੀ ਬਾਹਰ ਹੋ ਜਾਂਦਾ ਡੈਡੀ, ਮੈਨੂੰ ਜ਼ਿਆਦਾ ਕੋਈ ਪ੍ਰੋਬਲਮ ਨਹੀਂ, ਠੀਕ ਆ ਮੈਂ, ਅਤੇ ਕੋਈ ਨਹੀਂ ਦਵਾਈ ਲਿਆ ਕੇ ਤੁਹਾਡੇ ਨਾਲ ਗੱਲ ਕਰਦਾ। ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ, ਉੱਥੇ ਦਵਾਈ ਦਵਾਈ ਦਿੱਤੀ ਆ। ਬਾਅਦ ਵਿੱਚ ਉਹਨਾਂ ਪ੍ਰਾਹੁਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ, ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਇਹਨੂੰ ਮਾੜਾ ਜਿਹਾ ਨਮੂਨੀਆ ਕਿਤੇ ਹੋਇਆ ਵਾ ਅਤੇ ਥੋੜ੍ਹੀ ਜਿਹੀ ਇਨਫੈਕਸ਼ਨ ਆ, ਅਤੇ ਇਹ ਬਸ ਠੀਕ ਹੋ ਜਾਣੀ, 2-4 ਦਿਨਾਂ 'ਚ ਹੋ ਜੂਗੀ, ਦਿਨ ਛੁੱਟੀ ਦੇ ਦਾਂਗੇ। ਪਰ ਉਹ ਠੀਕ ਨਹੀਂ ਹੋਈ, ਅੱਜ ਫੋਨ ਆ ਗਿਆ ਵੀ ਉਹਦੀ ਡੈਥ ਹੋਈ। ਕਿੰਨੇ ਕੁ ਵਜੇ ਤੁਹਾਨੂੰ ਫੋਨ ਆਇਆ? ਸਾਨੂੰ 12 ਵਜੇ ਫੋਨ ਆਇਆ। ਕਿਹਦਾ ਫੋਨ ਆਇਆ? ਸਾਨੂੰ ਆਪਣੇ ਸਾਡੇ ਰਿਸ਼ਤੇਦਾਰ, ਸਾਡਾ ਪ੍ਰਾਹੁਣਾ ਉੱਥੇ, ਉਹਦਾ ਫੋਨ ਆਇਆ। ਕੋਈ ਸੁਪਨਾ ਯਾਦ ਹੁੰਦਾ, ਕੋਈ ਗੱਲ ਕੀ ਹੈ ਮੈਂ ਆਹ ਪੂਰੀ ਕਰਨੀ ਹੈ ਘਰ 'ਚ ਆ ਕੇ, ਜਾਂ ਜਿੱਦਾਂ ਭਾਅ ਜੀ ਬੱਚੇ, ਭਾਅ ਜੀ ਬੱਚੇ ਤਾਂ ਅਸੀਂ ਪੈਲੀ ਵੀ ਛੱਡਾਵਾਂਗੇ, ਤੁਹਾਨੂੰ ਸੁੱਖ ਦੇ ਦੇਵਾਂਗੇ, ਤੁਸੀਂ ਕੰਮ ਨਾ ਕਰਿਓ, ਤੁਹਾਨੂੰ ਗੱਡੀਆਂ 'ਤੇ ਘੁਮਾਵਾਂਗੇ, ਅਤੇ ਅਸੀਂ ਘਰ ਜੋਗੇ ਰਹਾਂਗੇ। ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਸਮਝ ਸੋਚ ਕੇ ਭੇਜੇ, ਉੱਥੇ ਇਲਾਜ ਨਹੀਂ ਜੇਗਾ, ਉਹ ਆਪਣਾ ਸੋਚ ਸਮਝੋ ਅਤੇ ਫਿਰ ਬੱਚੇ ਨੂੰ, ਬੱਚੇ ਵੀ ਜਿੱਦ ਕਰਦੇ ਆ ਅਤੇ ਮਾਪੇ ਜਿਹੜੇ ਮਜਬੂਰ ਹੁੰਦੇ ਆ ਅਤੇ ਉਹਨਾਂ ਨੂੰ ਭੇਜਣਾ ਪੈਂਦਾ, ਅਤੇ ਹੁਣ ਜਿਹੜੀ ਆਹ ਸਥਿਤੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੇ ਵੀ ਨਹੀਂ। ਇਹ ਤਾਂ ਹੁਣ ਭੈਣ ਭਰਾਵਾਂ ਗੜੀ ਹੱਥ ਜੋੜ ਕੇ ਬੇਨਤੀ ਸਾਰੇ, ਚਲੋ ਇੱਕ ਦੂਜੇ ਦਾ ਸਾਥ ਜਿੱਤਣ ਵਾਲੇ ਹੁਣ ਇੱਦਾਂ ਦੇ। ਕੀ ਕੁਛ ਕੀ ਕਹਾਂ ਮੈਂ, ਕਦੋਂ ਗੱਲ ਹੋਈ ਆਖਰੀ ਵਾਰੀ? ਐਤਵਾਰ ਹੋਈ ਹੈ 4 ਵਜੇ। ਵਧੀਆ, ਠੀਕ ਠਾਕ, ਵਧੀਆ ਗੱਲਾਂ ਕਰਦਾ ਰਿਹਾ, ਅਤੇ ਮੈਂ ਅੱਧਾ ਘੰਟਾ ਗੱਲਾਂ ਕਰਦਾ ਰਿਹਾ। ਸ਼ਾਮਾਂ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ, ਮੈਂ ਸਵੇਰੇ ਫੋਨ ਕਰੂੰਗਾ, ਅਤੇ ਅਸੀਂ ਅੱਗੇ ਪੁੱਛਿਆ ਵੀ ਕਿਉਂ ਉਹਨੂੰ ਇੰਨਾ ਸਾਹ ਚੜ੍ਹਨ ਡਿਆ ਕਿ ਉਹਨਾਂ ਗੱਲ ਨਹੀਂ ਹੁੰਦੀ ਕੋਈ ਹੋਣ ਡਈ, ਫਿਰ ਉਹ ਤੋਂ ਬਾਅਦ 'ਚ ਗੱਲ ਨਹੀਂ। ਸੁਪਨੇ ਦੱਸੇ ਉਹਨੇ? ਸੁਪਨੇ ਇੱਥੋਂ ਤਾਂ ਬੜੇ ਚਾਵਾਂ ਨਾਲ ਗਿਆ ਸੀ, ਵਧੀਆ ਗਿਆ ਸੀ, ਹੁਣ ਉੱਥੇ ਤਾਂ ਮੈਂ ਟੈਨਸ਼ਨ, ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ, ਪਤਾ ਨਹੀਂ। ਹੁਣ ਤਾਂ ਗੱਲ ਹੁੰਦੀ ਸੀ, ਕਦੀ ਕਹਿੰਦਾ ਸੀ ਮੈਂ ਆਹ ਚੀਜ਼ ਪੂਰੀ ਕਰਨੀ ਆ ਗਈ ਅਤੇ ਆਹ ਕਰੂੰਗਾ ਅਤੇ ਕਦੋਂ ਆਊਂਗਾ, ਇਹ ਆਉਂਦਾ ਹੁੰਦਾ ਸੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ, ਤੂੰ ਸਾਰੀ ਉਮਰ ਆਪਾਂ ਸੁੱਖ ਨਹੀਂ ਵੇਖਿਆ, ਹੁਣ ਕੋਈ ਗੱਲ ਨਹੀਂ, ਹੁਣ ਨਾ ਤੂੰ ਫਿਕਰ ਕਰਿਆ ਕਰ, ਟੈਨਸ਼ਨ ਨਾ ਲਿਆ ਕਰ, ਹੁਣ ਆਪਣਾ ਸਾਰਾ ਕੁਛ ਵਧੀਆ ਹੋ ਜਾਣਾ। ਗੱਲ ਯਾਦ ਨਹੀਂ ਪਈ ਆਖਰੀ ਗੱਲ ਵੀ ਜਿਹੜੀ ਉਹਦਾ ਸੁਪਨਾ ਸੀ ਮੈਂ ਭੈਣ ਦਾ ਵਿਆਹ ਕਰੂੰਗਾ, ਇਹ ਕਦੇ ਇੰਦਾਂ ਦੀ ਕੋਈ ਗੱਲ ਯਾਦ ਹੁੰਦੀ? ਇਹਨੂੰ ਤਾਂ ਡੀਕਦਾ ਸੀ ਕਿ ਮੇਰੇ ਕੋਲ ਬਾਹਰ ਆ ਜੂਗੀ, ਅਸੀਂ ਦੋਵੇਂ ਭੈਣ ਭਰਾ ਇਕੱਠੇ ਰਵਾਂਗੇ, ਅਤੇ ਮੰਮੀ ਕਦੋਂ ਬਣਨਾ, ਦੀਦੀ ਦਾ ਕੋਈ ਕੰਮ ਬਣ ਜੂਗਾ, ਤੈਨੂੰ ਇੱਧਰ ਖਿਲਾ ਦਿਓ ਜੀ, ਅਸੀਂ ਦੋਵੇਂ ਜਣੇ ਇਕੱਠੇ ਰਵਾਂਗੇ। ਕੀ ਮੰਨਦੇ ਹੋ ਤੁਸੀਂ ਵਿਦੇਸ਼ਾਂ 'ਚ ਇੰਨੇ ਮਾਵਾਂ ਦੇ ਪੁੱਤ ਮਾਰੇ ਨੇ, ਵਿਦੇਸ਼ਾਂ ਦੇ ਵਿੱਚ ਜਾ ਕੇ ਇੱਦਾਂ ਕੁਛ ਹੋ ਰਿਹਾ, ਕੀ ਉਹਨਾਂ ਨੂੰ ਲੋਕਾਂ ਨੂੰ ਕਹਿਣਾ ਚਾਹੀਦਾ, ਨਿਆਣਿਆਂ ਨੂੰ ਭੇਜਣਾ ਚਾਹੀਦਾ? ਮੈਂ ਕਹਿੰਦੀ ਬਾਹਰ ਦਾ ਤਾਂ ਨਾਂ ਵੀ ਨਾ ਲਵੋ ਬਸ, ਅਤੇ ਇੱਧਰ ਥੋੜ੍ਹੀ ਖਾ ਲਓ ਵਧੀਆ ਆ, ਪਰ ਬਾਹਰ ਬਾਹਰ ਨਾ ਖਿਲਾਓ।